ਔਸਟ੍ਰੇਲੀਆ ਵਿੱਚ ਜਿਹੜਾ ਬੱਚਾ ਗ੍ਰੈਜੂਏਟ ਹੈ ਸਿਰਫ ਉਹ ਹੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੁਣ ਔਸਟ੍ਰੇਲੀਆ ਦੇ ਵਿੱਚ ਕੀ ਹੈ ਜਿਹੜਾ ਬੱਚਾ ਆਲਰੇਡੀ ਇੰਡੀਆ ਵਿੱਚ ਗ੍ਰੈਜੂਏਟ ਹੈ ਮਾਸਟਰਸ ਕਰਨ ਜਾ ਰस्ते ਜਾ ਰਹੇ ਹਨ ਉਹਦਾ ਜਿਹੜਾ ਸਪਾਊਸ ਹੈ ਨਾਲ ਜੋ ਵੀ ਕੰਪਨੀ ਕਰ ਰਿਹਾ ਉਹ ਵੀ ਇਹਦੇ ਨਾਲ ਹੀ ਸਰ ਗੱਲ ਆਉਂਦੀ ਹੈ ਬਾਇ ਚਾਂਸ ਕਿਸੇ ਕੋਲੇ ਅਗਰ ਚਾਈਲਡ ਹੈ ਉਹਨਾਂ ਦਾ ਤਾਂ ਕੀ ਉਹ ਐਲੀਜੀਬਲ ਨੇ ਜਾਣ ਵਾਸਤੇ ਸਰ ਐਲੀਜੀਬਲ ਹੈ ਬਟ ਸਪਾਊਸ ਦੀ ਸਰ ਕੀ ਰਿਕੁਆਇਰਮੈਂਟ ਹੈ ਜੇ ਬੱਚੇ ਨੇ ਕਿਸੇ ਨੇ ਜੜਾ ਜਾਣਾ ਤੇ ਨਾਲ ਉਹ ਸਪਾਊਸ ਨੇ ਵੀ ਜਾਣਾ ਹੈ ਜਾਂ ਸਪਾਊਸ ਵਾਸਤੇ ਬੱਚਾ ਸੋਚ ਰਿਹਾ ਹੈ ਕਿ ਹਾਂ ਮੈਂ ਹੁਣ ਚਲੇ ਜਾਣਾ 6 ਮਹੀਨੇ ਬਾਅਦ ਸਪਾਊਸ ਨੂੰ ਬੁਲਾ ਲਾਂਗਾ ਤਾਂ ਉਹਨਾਂ ਵਾਸਤੇ ਕੀ ਹੈ ਦੇਖੋ ਇੱਕ ਚੀਜ਼ ਹੈ ਸਰ ਇਹ ਚੀਜ਼ ਸਭ ਨੂੰ ਪਤਾ ਹੈ ਆਸਟ੍ਰੇਲੀਆ ਵਿੱਚ ਜਿਹੜਾ ਬੱਚਾ ਗ੍ਰੈਜੂਏਟ ਹੈ ਸਿਰਫ ਉਹ ਹੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੁਣ ਆਸਟ੍ਰੇਲੀਆ ਦੇ ਵਿੱਚ ਕੀ ਹੈ ਜਿਹੜਾ ਬੱਚਾ ਆਲਰੇਡੀ ਇੰਡੀਆ ਵਿੱਚ ਗ੍ਰੈਜੂਏਟ ਹੈ ਮਾਸਟਰਸ ਕਰਨ ਜਾ ਰਸਤੇ ਜਾ ਰਹੇ ਹਨ ਉਹਦਾ ਜਿਹੜਾ ਸਪਾਊਸ ਹੈ ਨਾਲ ਜੋ ਵੀ ਕੰਪਨੀ ਕਰ ਰਿਹਾ ਉਹ ਵੀ ਗ੍ਰੈਜੂਏਟ ਹੋਣਾ ਚਾਹੀਦਾ ਪਹਿ ਦੂਸਰਾ ਇਹਦੇ ਵਿੱਚ ਜਿਹੜੇ ਆਇਲਟਸ ਦੀ ਰਿਕੁਆਇਰਮੈਂਟ ਹੈ ਅਗੇਨ 6 ਨਾਟ ਲੈਸਨ 5.5 ਹੈ ਬਟ ਪੀਟੀ ਦੀ ਰਿਕੁਆਇਰਮੈਂਟ ਹਾਈ ਹੈ 62 ਨਾਟ ਲੈਸਨ 55 ਚਾਹੀਦੀ ਹੈ ਤੀਸਰੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਰਿਜ ਹੈ ਹਸਬੰਡ ਸਪਾਊਸ ਦੀ ਉਹ ਘੱਟੋ ਘੱਟ 6 ਮਹੀਨੇ ਪੁਰਾਣੀ ਚਾਹੀਦੀ ਹੈ ਔਰ ਫ੍ਰੋਮ ਦੀ ਡੇਟ ਆਫ ਕੋਰਟ ਮੈਰਿਜ ਯਾਨੀ ਬੱਚੇ ਦੀ ਮੈਰਿਜ ਅਗਰ 6 ਮਹੀਨੇ ਪੁਰਾਣੀ ਹੋਈ ਹੋਈ ਹੈ ਆਲਰੇਡੀ ਸਾਲ ਹੈ ਉਹਨਾਂ ਕੋ ਕੋਰਟ ਮੈਰਿਜ ਸਰਟੀਫਿਕੇਟ ਨਹੀਂ ਹੈਗਾ ਤਾਂ ਉਹ ਸੈਪਟੇਬਲ ਨਹੀਂ ਹੈ ਉਹਦੀ ਮੈਰਿਜ ਜਿਹੜੀ ਰਜਿਸਟਰ ਹੋਣੀ ਚਾਹੀਦੀ ਹੈ 6 ਮਹੀਨੇ ਪ ਜਿਹੜੇ ਇੱਕ ਲਾਸਟ ਹੈ ਕਿ 2016 ਔਨਵਰਡ ਤੋਂ ਹੀ ਬੱਚਾ ਜਿਹੜਾ ਸੈਪਟੇਬਲ ਹੈ ਯਾਨੀ ਕਿਸੇ ਨੇ ਗ੍ਰੈਜੂਏਸ਼ਨ 2016 ਚ ਪਾਸ ਆਊਟ ਕੀਤੀ ਹੈ ਉਸ ਤੋਂ ਬਾਅਦ ਦਾ 7 ਸਾਲ ਦਾ ਗੈਪ ਹੈ ਉਸ 7 ਸਾਲ ਦੇ ਗੈਪ ਦੇ ਵਿੱਚ ਉਹਨਦੇ ਕੋਲੋਂ ਜੋਬ ਜਾਂ ਬਿਜ਼ਨਸ ਦੇ ਪ੍ਰੂਫ ਹੈ ਜੈਨੂਇਨ ਐਵੀਡੈਂਸ ਹੈ ਸਪਾਊਸ ਆਲਰੇਡੀ ਗ੍ਰੈਜੂਏਟ ਹੈ आईलेट स्कोर 6 नॉट लेस देन 5.5 एम वो अपना मास्टर्स डिग्री ऑस्ट्रेलिया अप्लाई कर सकते यदि ਨਾਲ ਹੀ ਸਰ ਗੱਲ ਆਉਂਦੀ ਹੈ ਬਾਇ ਚਾਂਸ ਕਿਸੇ ਕੋਲੇ ਅਗਰ ਚਾਈਲਡ ਹੈ ਉਹਨਾਂ ਦਾ ਤਾਂ ਕੀ ਉਹ एलिजिबल ਨੇ ਜਾਣ ਵਾਸਤੇ ਸਰ एलिजिबल ਹੈ ਬਟ ਸਹੀ ਦੱਸਾਂ ਤਾਂ ਐਸ ਕੰਮਿਟੂ ਪੰਜਾਬ ਹਰਿਆਣਾ ਸ਼ਾਇਦ ਵੀਜ਼ੇ ਵਿੱਚ ਦਿੱਕਤ ਆਏਗੀ ਅਸੀਂ ਇਸ ਪ੍ਰੋਫਾਈਲ ਨੂੰ ਨਹੀਂ ਅਸੈਪਟ ਕਰ ਰਹੇ ਅਸੀਂ ਪ੍ਰੋਫਾਈਲ ਉਹਨਾਂ ਦੀ ਅਸੈਪਟ ਕਰ ਰਹੇ ਜਿਹੜਾ ਐਕਚੁਅਲ ਵਿੱਚ एलिजिबल ਹੈ ਅਸੀਂ ਐਦਾ ਦੀ ਪ੍ਰੋਫਾਈਲ ਨੂੰ ਹਾਲੇ ਫਿਲਹਾਲ ਦੀ ਰੀਟਨ ਰੋਲ ਨਹੀਂ ਕਰ ਰਹੇ ਦੇਖੋ ਇੱਕ ਚੀਜ਼ ਹੈ ਸਰ ਇਹ ਚੀਜ਼ ਸਭ ਨੂੰ ਪਤਾ ਹੈ ਆਸਟ੍ਰੇਲੀਆ ਵਿੱਚ ਜਿਹੜਾ ਬੱਚਾ ਗ੍ਰੈਜੂਏਟ ਹੈ ਸਿਰਫ ਉਹ ਹੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੁਣ ਆਸਟ੍ਰੇਲੀਆ ਦੇ ਵਿੱਚ ਕੀ ਹੈ ਜਿਹੜਾ ਬੱਚਾ ਆਲਰੇਡੀ ਇੰਡੀਆ ਵਿੱਚ ਗ੍ਰੈਜੂਏਟ ਹੈ ਮਾਸਟਰਸ ਕਰਨ ਜਾ ਰस्ते ਜਾ ਰਹੇ ਹਨ ਉਹਦਾ ਜਿਹੜਾ ਸਪਾਊਸ ਹੈ ਨਾਲ ਜੋ ਵੀ ਕੰਪਨੀ ਕਰ ਰਿਹਾ ਉਹ ਵੀ ਇਹਦੇ ਨਾਲ ਹੀ ਸਰ ਗੱਲ ਆਉਂਦੀ ਹੈ ਬਾਇ ਚਾਂਸ ਕਿਸੇ ਕੋਲੇ ਅਗਰ ਚਾਈਲਡ ਹੈ ਉਹਨਾਂ ਦਾ ਤਾਂ ਕੀ ਉਹ ਐਲੀਜੀਬਲ ਹੈ ਜਾਣ ਵਾਸਤੇ ਸਰ ਐਲੀਜੀਬਲ ਹੈ ਬਟ ਸਪਾਊਸ ਦੀ ਸਰ ਕੀ ਰਿਕੁਆਇਰਮੈਂਟ ਹੈ ਜੇ ਬੱਚੇ ਨੇ ਕਿਸੇ ਨੇ ਜੜਾ ਜਾਣਾ ਤੇ ਨਾਲ ਉਹ ਸਪਾਊਸ ਨੇ ਵੀ ਜਾਣਾ ਹੈ ਜਾਂ ਸਪਾਊਸ ਵਾਸਤੇ ਬੱਚਾ ਸੋਚ ਰਿਹਾ ਹੈ ਕਿ ਹਾਂ ਮੈਂ ਹੁਣ ਚਲੇ ਜਾਣਾ 6 ਮਹੀਨੇ ਬਾਅਦ ਸਪਾਊਸ ਨੂੰ ਬੁਲਾ ਲਾਂਗਾ ਤਾਂ ਉਹਨਾਂ ਵਾਸਤੇ ਕੀ ਹੈ ਦੇਖੋ ਇੱਕ ਚੀਜ਼ ਹੈ ਸਰ ਇਹ ਚੀਜ਼ ਸਭ ਨੂੰ ਪਤਾ ਹੈ ਆਸਟ੍ਰੇਲੀਆ ਵਿੱਚ ਜਿਹੜਾ ਬੱਚਾ ਗ੍ਰੈਜੂਏਟ ਹੈ ਸਿਰਫ ਉਹ ਹੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੁਣ ਆਸਟ੍ਰੇਲੀਆ ਦੇ ਵਿੱਚ ਕੀ ਹੈ ਜਿਹੜਾ ਬੱਚਾ ਆਲਰੇਡੀ ਇੰਡੀਆ ਵਿੱਚ ਗ੍ਰੈਜੂਏਟ ਹੈ ਮਾਸਟਰਸ ਕਰਨ ਜਾ ਰਸਤੇ ਜਾ ਰਹੇ ਹਨ ਉਹਦਾ ਜਿਹੜਾ ਸਪਾਊਸ ਹੈ ਨਾਲ ਜੋ ਵੀ ਕੰਪਨੀ ਕਰ ਰਿਹਾ ਉਹ ਵੀ ਗ੍ਰੈਜੂਏਟ ਹੋਣਾ ਚਾਹੀਦਾ ਪਹਿ ਦੂਸਰਾ ਇਹਦੇ ਵੀ ਜਿਹੜੇ ਆਇਲਟ ਸੀ ਰਿਕੁਆਇਰਮੈਂਟ ਹੈ ਅਗੇਨ 6 ਨਾਟ ਲੈਸਨ 5.5 ਹੈ ਬਟ ਪੀਟੀ ਦੀ ਰਿਕੁਆਇਰਮੈਂਟ ਹਾਈ ਹੈ 62 ਨਾਟ ਲੈਸਨ 55 ਚਾਹੀਦੀ ਹੈ ਤੀਸਰੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਰਿਜ ਹੈ ਹਸਬੰਡ ਸਪਾਊਸ ਦੀ ਉਹ ਘੱਟੋ ਘੱਟ 6 ਮਹੀਨੇ ਪੁਰਾਣੀ ਚਾਹੀਦੀ ਹੈ ਔਰ ਫ੍ਰੋਮ ਦੀ ਡੇਟ ਆਫ ਕੋਰਟ ਮੈਰਿਜ ਯਾਨੀ ਬੱਚੇ ਦੀ ਮੈਰਿਜ ਅਗਰ 6 ਮਹੀਨੇ ਪੁਰਾਣੀ ਹੋਈ ਹੋਈ ਹੈ ਆਲਰੇਡੀ ਸਾਲ ਹੈ ਉਹਨਾਂ ਕੋ ਕੋਰਟ ਮੈਰਿਜ ਸਰਟੀਫਿਕੇਟ ਨਹੀਂ ਹੈਗਾ ਤਾਂ ਉਹ ਸੈਪਟੇਬਲ ਨਹੀਂ ਹੈ ਉਹਦੀ ਮੈਰਿਜ ਜਿਹੜੀ ਰਜਿਸਟਰ ਹੋਣੀ ਚਾਹੀਦੀ ਹੈ 6 ਮਹੀਨੇ ਪੁਰ ਜਿਹੜਾ ਇੱਕ ਲਾਸਟ ਹੈ ਕਿ 2016 ਅਨਵਰਡ ਤੋਂ ਹੀ ਬੱਚਾ ਜਿਹੜਾ ਅਸੈਪਟੇਬਲ ਹੈ ਯਾਨੀ ਕਿਸੇ ਨੇ ਗ੍ਰੈਜੂਏਸ਼ਨ 2016 ਚ ਪਾਸ ਆਊਟ ਕੀਤੀ ਹੈ ਉਸ ਤੋਂ ਬਾਅਦ ਦਾ 7 ਸਾਲ ਦਾ ਗੈਪ ਹੈ ਉਸ 7 ਸਾਲ ਦੇ ਗੈਪ ਦੇ ਵਿੱਚ ਉਹਨਦੇ ਕੋਲੋਂ ਜੋਬ ਜਾਂ ਬਿਜ਼ਨਸ ਦੇ ਪ੍ਰੂਫ ਹੈ ਜੈਨੂਇਨ ਐਵੀਡੈਂਸ ਹੈ ਸਪਾਊਸ ਆਲਰੇਡੀ ਗ੍ਰੈਜੂਏਟ ਹੈ ਆਇਲਟ ਸਕੋਰ 6 ਨਾਟ ਲੈਸ ਦਨ 5.5 ਹੈ ਉਹ ਆਪਣਾ ਮਾਸਟਰਸ ਡਿਗਰੀ ਵਾਸਤੇ ਅਪਲਾਈ ਕਰ ਸਕਦਾ ਇਹਦੇ ਨਾਲ ਹੀ ਸਰ ਗੱਲ ਆਂਦੀ ਹੈ ਬਾਈ ਚਾਂਸ ਕਿਸੇ ਕੋਲੇ ਅਗਰ ਚਾਈਲਡ ਹੈ ਉਹਨਾਂ ਦਾ ਤਾਂ ਕੀ ਉਹ ਐਲੀਜੀਬਲ ਨੇ ਜਾਣ ਵਾਸਤੇ ਸਰ ਐਲੀਜੀਬਲ ਹੈ ਬਟ ਸਹੀ ਦੱਸਾਂ ਤਾਂ ਐਸ ਕੰਪੇਅਰ ਟੂ ਪੰਜਾਬ ਹਰਿਆਣਾ ਸ਼ਾਇਦ ਵੀਜ਼ੇ ਵਿੱਚ ਦਿੱਕਤ ਆਏ ਅਸੀਂ ਇਸ ਪ੍ਰੋਫਾਈਲ ਨੂੰ ਨਹੀਂ ਅਕਸੈਪਟ ਕਰ ਰਹੇ ਅਸੀਂ ਪ੍ਰੋਫਾਈਲ ਉਹਨਾਂ ਦੀ ਅਕਸੈਪਟ ਕਰ ਰਹੇ ਜਿਹੜਾ ਐਕਚੁਅਲ ਵਿੱਚ ਐਲੀਜੀਬਲ ਹੈ ਅਸੀਂ ਐਦਾਂ ਦੀ ਪ੍ਰੋਫਾਈਲ ਨੂੰ ਹਾਲੇ ਫਿਲਹਾਲ ਦੀ ਡੇਟ ਇਨਰੋਲ ਨਹੀਂ ਕਰ ਰਹੇ